ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦੇਵੀਗੜ੍ਹ ਇਲਾਕੇ ਦੇ ਪਿੰਡ ਰੋਸ਼ਨਪੁਰ ਚੁੰਗੀਆਂ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਸ਼ਮੇਸ਼ ਇੰਡੀਅਨ ਗ੍ਰਾਮੀਣ ਵਿਤਰਕ ਵੱਲੋਂ ਜਾਦੂਗਰ ਅਖਲੇਸ਼ ਨੇ ਇੰਡੀਅਨ ਗੈਸ ਵੱਲੋਂ ਕਰਾਏ ਗਏ ਪ੍ਰੋਗਰਾਮ ਵਿੱਚ ਵਿਅੰਗਮਈ ਢੰਗ ਨਾਲ ਬੱਚਿਆਂ ਨੂੰ ਰਸੋਈ ਗੈਸ ਦੀ ਵਰਤੋਂ ਦੇ ਸੁਰੱਖਿਆ ਨੁਸਖੇ ਦੱਸੇ। ਉਹਨਾਂ ਬੱਚਿਆਂ ਨੂੰ ਦੱਸਿਆ ਕਿ ਰਸੋਈ ਗੈਸ ਦੀ ਵਰਤੋਂ ਕਰਨ ਸਮੇਂ ਇਹ ਧਿਆਨ ਜ਼ਰੂਰ ਰੱਖੋ ਕਿ ਰਾਤ ਨੂੰ ਸੌਣ ਸਮੇਂ ਗੈਸ ਸਿਲੰਡਰ ਰੈਗੂਲੇਟਰ ਤੋਂ ਬੰਦ ਕਰਨਾ ਚਾਹੀਦਾ ਹੈ। ਉਹਨਾਂ ਰਸੋਈ ਗੈਸ ਸੰਬੰਧੀ ਪੁੱਛੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਜੀਤ ਸਿੰਘ, ਪ੍ਰਿੰਸੀਪਲ ਅਜੇ ਚੰਦਰ, ਉਪ ਪ੍ਰਿੰਸੀਪਲ ਮੰਜੂ ਬਾਲਾ, ਚੇਅਰਮੈਨ ਮਹਿਮਾ ਸਿੰਘ ਕਰਤਾਰਪੁਰ, ਸਰਪੰਚ ਸੁਰਜੀਤ ਸਿੰਘ ਬਲੌਂਗੀ ਆਦਿ ਹਾਜ਼ਰ ਸਨ। ਮਿੱਟੀ ਕਹਾਂ ਸੇ ਆ ਜਾਏਗੀ? ਇਤਨੀ ਦੇਰ ਸੋਚੋਗੇ ਤੋ ਸਿਲੰਡਰ ਫਟ ਜਾਏਗਾ। ਜਾਂ ਤੋ ਇਹ ਕਿਆ ਹੈ? ਗਨ। ਇਸਮੇ ਸੇ ਤੋ ਇੱਕ ਹੀ ਗੋਲੀ ਨਿਕਲਤੀ ਹੈ ਔਰ ਸਿਲੰਡਰ ਫਟਤਾ ਹੈ ਤੋ ਉਸਮੇ ਸੇ ਹਜ਼ਾਰੋਂ ਗੋਲੀਆਂ ਨਿਕਲਤੀ ਹੈ। ਅਬ ਇਸ ਗੁਰਪ੍ਰੀਤ ਕੋ ਪਤਾ ਲਗੇਗਾ। ਇਸਮੇ ਸੇ ਗੋਲੀ ਨਿਕਲੇਗੀ, ਇਸਕੀ ਗਰਦਨ ਮੇ ਆਰ ਪਾਰ ਹੋਕਰ ਕੇ ਉਧਰ ਚਲੀ ਜਾਏਗੀ ਔਰ ਆਜ ਇਹ ਲੜਕੀ ਯਹਾਂ ਪਰ ਮਰ ਨਹੀਂ ਜਾਏਗੀ, ਸ਼ਹੀਦ ਹੋ ਜਾਏਗੀ। ਹਮਾਰੇ ਪ੍ਰਤੀਕ ਕਾਰਕ੍ਰਮ ਮੇ ਇੱਕ ਲੜਕੀ ਸ਼ਹੀਦ ਹੋਤੀ ਹੈ, ਆਪਕਾ ਨੰਬਰ ਹੈ, ਤਿਆਰ ਹੋ ਜਾਓ। ਫਨ ਨਹੀਂ, ਡਰਨੇ ਕੀ ਕੋਈ ਬਾਤ ਨਹੀਂ ਹੈ। ਜੋ ਲੜਕੀ ਹਮਾਰੇ ਕਾਰਕ੍ਰਮ ਮੇ ਸ਼ਹੀਦ ਹੋਤੀ ਹੈ ਉਸਕੇ ਮੰਮੀ ਪਾਪਾ ਕੋ ਇੰਡੀਅਨ ਆਇਲ ਕੀ ਤਰਫ ਸੇ ਪੈਟਰੋਲ ਪੰਪ ਕੇ ਏਜੰਸੀ ਮਿਲ ਜਾਤੀ ਹੈ। ਕਿਆ ਲੈ ਗਏ ਮੰਮੀ ਪਾਪਾ? ਪੈਟਰੋਲ ਪੰਪ ਕੇ ਏਜੰਸੀ? ਅਰੇ ਆਪਕੇ ਗੌਫਤਾ ਆ ਤੂੰ ਉੱਪਰ ਪੰਜੋ। ਔਰ ਇਹ ਤੂੰ, ਅੱਛਾ ਗੁਰਪ੍ਰੀਤ ਬੇਟੇ ਇਹ ਬਤਾਓ ਕਿਤਨੀ ਬਹਿਨ ਹੈ ਆਪ? ਅਕੇਲੀ ਹੋ? ਭਾਈ ਕਿਤਨੇ ਹੈ? ਇਹ ਕੋਈ ਫਰਕ ਨਹੀਂ ਪੜਤਾ, ਆਜ ਕਲ ਤੋ ਇੱਕ ਹੀ ਬੱਚਾ ਅੱਛਾ ਹੋਤਾ ਹੈ, ਚਾਹੇ ਲੜਕੀ ਹੋ ਚਾਹੇ ਲੜਕਾ। ਤੋ ਇਹ ਲੜਕੀ ਯਹਾਂ ਪਰ ਸ਼ਹੀਦ ਹੋਗੀ, ਮੰਮੀ ਪਾਪਾ ਕੋ ਪੈਟਰੋਲ ਪੰਪ ਗੈਸ ਏਜੰਸੀ ਮਿਲੇਗੀ ਔਰ ਆਪਕੇ ਸਕੂਲ ਕੀ ਕਲ ਛੁੱਟੀ। ਕੈਸੇ ਛੁੱਟੀ ਕੀ ਨਾਮ ਪੇ ਗੁਜ਼ਾਰੀ ਹੈ? ਤੋ ਕਲ ਕੀ ਛੁੱਟੀ ਕਰਾ ਦੇ, ਹੋ ਜਾਓ ਤਿਆਰ। ਸਵਾ ਟੂ, ਢਾਈ, ਪੌਣੇ ਥ੍ਰੀ ਔਰ ਇਧਰ ਸਿਲੰਡਰ ਕਾ ਇਧਰ ਆਓ। ਸਿਲੰਡਰ ਮੇ ਗੋਲੀ ਲੱਗੀ ਤੋ ਸਿਲੰਡਰ ਫਟ ਜਾਏਗਾ। ਔਰ ਯੇ ਹਾਂ, ਇੱਕ ਬਾਤ ਔਰ ਗੁਰਪ੍ਰੀਤ ਬੇਟੇ, ਆਪਕੀ ਕੋਈ ਅੰਤਿਮ ਇੱਛਾ? ਸਬਸੇ ਬਾਏ ਬਾਏ ਕਰ ਲੋ, ਮੌਕਾ ਨਹੀਂ ਮਿਲੇਗਾ, ਕਰ ਲੋ ਬਾਏ ਬਾਏ ਸੇ। ਔਰ ਆਪਣੇ ਆਪਣੇ ਕਾਨ ਪੇ ਹੱਥ ਰੱਖ ਲੈਣਾ, ਬਹੁਤ ਤੇਜ਼ ਆਵਾਜ਼ ਕਰਤੀ ਹੈ ਵਰਨਾ ਆਪਕੇ ਕਾਨ ਕੇ ਪਰਦੇ ਨਹੀਂ ਫਟੇਂਗੇ, ਧਿਆਨ ਰੱਖੋ। ਔਰ ਯੇ ਥ੍ਰੀ, ਕਭੀ ਨਹੀਂ ਘਬਰਾਨਾ ਚਾਹੀਏ, ਇੰਡੀਅਨ ਆਇਲ, ਇੰਡੀਅਨ ਕਾ ਸਿਲੰਡਰ ਕਾਫੀ ਮਜ਼ਬੂਤ ਬਣਾ ਹੋਤਾ ਹੈ। ਅਗਰ ਐਸੀ ਸਥਿਤੀ ਆ ਜਾਏ ਸਿਲੰਡਰ ਮੇ ਆਗ ਲੱਗ ਜਾਏ ਤੋ ਇੱਕ ਮੋਟਾ ਕਪੜਾ, ਬੋਰੀ, ਟਾਟ, ਕੰਬਲ ਕੁਛ ਵੀ ਲੈ ਲੋ, ਪਾਣੀ ਮੇ ਭਿਗੋਈਏ ਔਰ ਇੱਕਦਮ ਸਿਲੰਡਰ ਕੋ ਰੱਖ ਦੋ ਔਰ ਤੁਰੰਤ ਇਸਕਾ ਯੇ ਢੱਕਣ ਆਤਾ ਹੈ ਇਸੇ ਲਗਾ ਦੋ। ਘਬਰਾਹਟ ਮੇ ਕਭੀ ਭਾਗਨਾ ਨਹੀਂ ਚਾਹੀਏ, ਖੜਾ ਹੁਆ ਸਿਲੰਡਰ, ਆਗ ਜਲਤੀ ਰਹੇਗੀ ਲੇਕਿਨ ਫਟੇਗਾ ਨਹੀਂ, ਬਸ ਸਿਲੰਡਰ ਪੇ ਆਗ ਨਹੀਂ ਆਉਣੀ ਚਾਹੀਏ ਯਹਾਂ ਪਰ, ਠੀਕ ਹੈ ਨਾ? ਛੋੜ ਕੇ ਭਾਗੇਂਗੇ ਸਿਲੰਡਰ ਤੋ ਸਿਲੰਡਰ ਆਗ ਸੇ ਗਿਰੇਗਾ, ਬਾਹਰ ਫੇਂਕੇਂਗੇ ਤੋ ਸਿਲੰਡਰ ਆਗ ਸੇ ਗਿਰੇਗਾ। ਤੋ ਹਿੰਮਤ ਸੇ ਕੰਮ ਲੈਣਾ ਚਾਹੀਏ, ਖੜਾ ਹੁਆ ਸਿਲੰਡਰ ਜੈਸੇ ਜਲਤਾ ਰਹੇਗਾ ਲੇਕਿਨ ਫਟੇਗਾ ਨਹੀਂ, ਬਸ ਜਬ ਤੱਕ ਕੈਸੇ ਜਲਤਾ ਰਹੇਗਾ ਤੁਰੰਤ ਫਿਰ ਆਗ ਬੁਝਾ ਕੈਸੇ ਏਜੰਸੀ ਮੇ ਸੂਚਨਾ ਦੀਜੀਏਗਾ, ਐਮਰਜੈਂਸੀ ਸੂਚਨਾ ਦੀਜੀਏ, ਠੀਕ ਹੈ ਨਾ? ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੋਜੀ ਦੀ ਰਿਪੋਰਟ।